सत श्रीकाल जी। JVS टाइम देख रहे हो तुसी, मैं हाँ जगवीर आजाद। एक बार फिर जे गल करिए निहाल सिंह वाला दी, तां पिछले 6 दिनां तों लाइट तों जिहड़ियां प्रॉब्लम आ रही ने तुसी देख सकदे हो। जे सब शुरुआत है जिहड़ी निहाल सिंह वाला दे जो वसनीक ने उन्होंने की सी, उस तों बाद पिंड वाली साइड तों धरना लगाया गया और रात बेशक सारे निहाल सिंह वाले दे फीडर दे विच जिहड़ी लाइट आ चुकी सी, पर राधा कृष्णा फीडर आ वार्ड नंबर 4 दे लोग तंग परेशान ने, बच्चे भी स्कूल दे विच बैठे हुए ने ते करदे आ गलबात, वो भी जिहड़ा प्रोटेस्ट कर रहे ने। हाँ जी मैम, की नाम है तुहाडा? वार्ड नंबर 4। की नाम है मैम तुहाडा? मानसी गोयल। हाँ जी मानसी जी, की कहना चाहुंदे हो? असीं कहना चाहुंदे आ असीं वार्ड नंबर 4 ते व्यक्ति आ जो कि साडे सामने सारे बैठे आ, असीं पिछले 6 दिनां तों बिजली तों बहुत परेशान आ, जो कि इक जेई इक सरकारी सीट ते बैठा है पर ओहनूं इह बिलकुल नहीं लग रिहा कि मैं अपना सरकारी काम बहुत वधिया महीते नाल करिया जावे। ठीक है, इस तों बाद 11 बजे तों जदों सारे फील्ड दे विच लाइट आई आ, साडे फील्ड दे लोकां ने ओहनूं फोन कीते। ठीक है, पर बागा पुराना वाले साडा फोन नहीं चक रहे। 1912 नंबर जो कि सरकार दा दित्ता गया है ओह भी बंद कीता गया, उहनां ने ओहदे ते भी साडी कोई सुनवाई नहीं कीती। इस तों बाद ਸਾਨੂੰ 9 ਵਜੇ ਤੋਂ ਲੈ ਸੁਬਾ ਦੇ 7 ਵਜੇ ਤੋਂ ਲੈ ਕੇ ਇੱਕੋ ਹੀ ਗੱਲ ਕਹੀ ਜਾ ਰਹੀ ਆ, ਅੱਧੇ ਘੰਟੇ ਤੱਕ ਲਾਈਟ ਆਊਗੀ। ਸਾਡੇ ਕੋਲ ਤਾਰ ਹੈ ਨਹੀਂ, ਅਸੀਂ ਬਾਗੇ ਬ੍ਰਾਂਚ ਤੋਂ ਮੰਗਵਾਉਣੀਆਂ, ਕੋਟਕਪੂਰੇ ਤੋਂ ਮੰਗਵਾਉਣੀਆਂ, ਉਹਨੇ ਕਿੱਥੋਂ ਮੰਗਵਾਉਣੀਆਂ? ਸਰਕਾਰੀ ਖਜ਼ਾਨੇ ਆ, ਸਰਕਾਰੀ ਖਾਨੇ ਕਿਉਂ ਨਹੀਂ ਭਰ ਰਿਹਾ ਉਹ? ਕਿਉਂ ਨਹੀਂ ਸਾਡੀਆਂ ਮੰਗਾਂ ਨੂੰ ਪੂਰੀਆਂ ਕਰ ਰਿਹਾ? ਸਿਰਫ ਅਸੀਂ ਇੱਕ ਆਪਦੀ ਬਿਜਲੀ ਮੰਗ ਰਹੇ ਹਾਂ ਜੋ ਕਿ ਉਹਨੇ ਦੇਣੀ ਆ, ਜ਼ਰੂਰੀ ਆ ਉਹਦੇ ਦੇਣ ਲਈ, ਕਿਉਂ ਨਹੀਂ ਉਹ ਦੇ ਰਿਹਾ? ਕਿਉਂ ਨਹੀਂ ਸਾਡੀ ਸੁਣਵਾਈ ਕਰ ਰਿਹਾ? ਦੇਖੋ ਕਿੰਨਾ ਬੁਰਾ ਹਾਲ ਆ ਕਿ ਅੱਜ ਇੱਕ ਸੜਕ ਤੇ ਜਨਾਨੀਆਂ ਨੂੰ ਬੈਠਣਾ ਪੈ ਰਿਹਾ ਹੈ, ਔਰਤਾਂ ਨੂੰ ਬੈਠਣਾ ਪੈ ਰਿਹਾ ਹੈ ਲਾਈਟ ਲਈ, ਉਹ ਬਿਲਕੁਲ ਵੀ ਗੱਲ ਨਹੀਂ ਸੁਣ ਰਿਹਾ ਸਾਡੀ। ਇਹਨਾਂ ਨੇ ਗੱਲ ਕਰੋ ਕੀ ਮੰਗ ਕਰਦੇ ਹੋ? ਅਸੀਂ ਬਿਜਲੀ ਦੀ ਮੰਗ ਕਰ ਰਹੇ ਹਾਂ, ਸਵੇਰ ਦੀ ਵੀ ਸਾਡੀ ਬਿਜਲੀ ਠੀਕ ਕੀਤੀ ਜਾਵੇ, 6 ਦਿਨਾਂ ਤੋਂ ਜੋ ਖਰਾਬ ਹੋਈ ਆ ਜੀ। ਸੋ ਹੋਰ ਵੀ ਜਿਹੜੀਆਂ ਮਹਿਲਾਵਾਂ ਨੇ ਗੱਲਬਾਤ। ਹਾਂਜੀ ਮੈਮ, ਤੁਹਾਡਾ ਕੀ ਨਾਮ? ਮੇਰਾ ਨਾਮ ਦੀਪਾਲੀ ਗਰਗ ਹੈ ਜੀ। ਜੀ ਸਾਡੀ ਲਾਈਟ ਦੀ ਬਹੁਤ ਪ੍ਰੋਬਲਮ ਆ ਰਹੀ ਹੈ, ਸਾਡੇ ਬੱਚੇ ਦੀ ਨੀਂਦ ਪੂਰੀ ਨਹੀਂ ਹੋ ਰਹੀ, ਸਾਡੇ ਸਕੂਲ ਬੱਚੇ ਸਾਡੀ ਵੀ ਨੀਂਦ ਪੂਰੀ ਨਹੀਂ ਹੋ ਰਹੀ, ਅਸੀਂ ਸੁਬਹ ਸਕੂਲ ਜਾਣਾ ਹੁੰਦਾ ਸਾਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ, ਤੇ ਲਾਈਟ ਪਾਣੀ ਦੀ ਵੀ ਬਹੁਤ ਦਿੱਕਤ ਆਉਂਦੀ ਹੈ ਤੇ ਬਹੁਤ ਜ਼ਿਆਦਾ ਲਾਈਟ ਦੀ ਪ੍ਰੋਬਲਮ ਆ ਰਹੀ ਹੈ, ਸਾਨੂੰ ਪਲੀਜ਼ ਸਾਨੂੰ ਲਾਈਟ ਦਿੱਤੀ ਜਾਵੇ। ਜੇ ਰਾਤ ਦੀ ਗੱਲ ਕਰੀਏ ਤਾਂ ਸਾਰੇ ਫੀਡਰਾਂ ਤੇ ਲਾਈਟ ਚੱਲ ਰਹੀ ਸੀ, ਤੁਹਾਡਾ ਫੀਡਰ ਹੀ ਕਿਉਂ ਬੰਦ ਸੀ? ਸਾਡਾ ਫੀਡਰ ਹੀ ਬੰਦ ਸੀ, ਪਤਾ ਨਹੀਂ ਕਿਉਂ ਇਹ ਸਰਕਲ ਲਾਈਟ ਇਸ ਸਾਡੇ ਫੀਡਰ ਤੇ ਨਹੀਂ ਆ ਰਹੀ। ਕੀ ਕਾਰਨ ਮੰਨਦੇ ਹੋ ਮੈਮ? ਇਸ ਦਾ ਕਾਰਨ ਅਸੀਂ JEE ਨੂੰ ਹੀ ਮੰਨਦੇ ਹਾਂ ਜੀ, ਬਸ ਸਾਡੇ ਫੀਡਰ ਤੇ ਲਾਈਟ ਨਹੀਂ ਦੇ ਰਹੇ ਉਹ। ਓਕੇ ਜੀ, ਸੋ ਸਾਡੇ ਨਾਲ ਹੋਰ ਵੀ ਮਹਿਲਾਵਾਂ ਮੌਜੂਦ ਨੇ। ਹਾਂਜੀ ਸਰੋਜ ਮੈਮ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹੀ ਕਹਿਣਾ ਚਾਹ ਰਹੇ ਹਾਂ ਵੀ ਸਾਰੀ ਮੰਡੀ ਦੇ ਵਿੱਚ ਲਾਈਟ ਅਗਰ ਠੀਕ ਵੀ ਹੁੰਦੀ ਹੈ ਤਾਂ ਕੱਲਾ ਇਸੇ 4 ਨੰਬਰ ਵਾਰਡ ਦੇ ਨਾਲ ਹੀ ਕਿਉਂ ਦੁਸ਼ਮਣੀ ਹੈ? ਸਭ ਲੋਕ ਕਿੰਨੇ ਔਖੇ ਹੋਏ ਬੈਠੇ ਨੇ, ਬੱਚੇ ਸਕੂਲ ਨਹੀਂ ਜਾ ਰਹੇ, ਪੀਣ ਨੂੰ ਕਿਸੇ ਕੋਲੇ ਪਾਣੀ ਨਹੀਂ, ਜਿਨ੍ਹਾਂ ਦੇ ਮਾੜਾ ਮੋਟਾ ਜਨਰੇਟਰ ਚੱਲਦਾ ਲੋਕ ਉਹਨਾਂ ਤੋਂ ਪਾਣੀ ਦੀ ਬੋਤਲ ਲੈ ਕੇ ਆ ਰਹੇ ਨੇ ਤਾਂ ਪਾਣੀ ਪੀ ਰਹੇ ਨੇ, ਟਾਇਲਟ ਤੱਕ ਦੀ ਪ੍ਰੋਬਲਮ ਹੋਈ ਪਈ ਹੈ ਲੋਕਾਂ ਨੂੰ, ਤੁਸੀਂ ਐਂ ਦੇਖੋ ਕਿੰਨੀ ਬਿਜਲੀ ਦੀ ਪ੍ਰੋਬਲਮ ਹੋਈ ਪਈ। ਕਾਰਨ ਕੀ ਮੰਨਦੇ ਹੋ ਮੈਮ? ਕਾਰਨ ਹੁਣ ਆਪਾਂ ਤਾਂ ਦੇਖੋ ਹੁਣ ਇਹ ਤਾਂ ਸਰਕਾਰ ਦੱਸ ਸਕਦੀ ਹੈ ਜਾਂ ਮੌਜੂਦਾ ਸਰਕਾਰ ਦੱਸ ਸਕਦੀ ਹੈ, ਜਿਹੜੀ ਹੈਗੀ ਵੀ ਇਕੱਲੀ 4 ਨੰਬਰ ਵਾਰਡ ਨਾਲ ਹੀ ਕੀ ਪ੍ਰੋਬਲਮ ਹੈ? ਸਾਰੀ ਮੰਡੀ ਦੇ ਵਿੱਚ ਲਾਈਟ ਆ ਗਈ, 4 ਨੰਬਰ ਆਪਣੇ ਰਾਧਾ ਕ੍ਰਿਸ਼ਨ ਮੰਦਰ ਵਾਲੀ ਗਲੀ ਨੂੰ ਵੀ ਕਿਉਂ ਪ੍ਰੋਬਲਮ ਹੈ? ਕਿੰਨੇ ਸਮੇਂ ਤੋਂ ਬੈਠੇ ਹੋ ਜੀ ਇੱਥੇ? ਅਸੀਂ ਅੱਜ 1 ਵਜੇ ਤੋਂ ਬੈਠੇ ਹਾਂ ਜੀ, ਦੇਖੋ ਸਾਡੇ ਇਸ ਮੰਦਰ 'ਚ ਸਾਡਾ ਪਾਠ ਚੱਲ ਰਿਹਾ ਨਿਤਨੇਮ ਦਾ, ਪਰਸ਼ੋਤਮ ਮਾਸ ਚੱਲ ਰਿਹਾ, ਅਸੀਂ ਨੇ ਮੰਦਰ 'ਚ ਜਾਪ ਨਹੀਂ ਕੀਤਾ, ਅਸੀਂ ਸੜਕ 'ਤੇ ਬੈਠ ਕੇ ਜਾਪ ਕੀਤਾ। ਇੱਕ ਪੰਥ ਦੋ ਕਾਜ ਹੋ ਜਾਣਗੇ, ਨਾਲੇ ਸਾਡਾ ਧਰਨਾ ਹੋ ਜਾਊਗਾ, ਨਾਲੇ ਘਰਾਂ ਤੋਂ ਚੱਲ ਲੇਡੀਜ਼ ਆਈਆਂ ਨੇ ਵਿਚਾਰੀਆਂ, ਲਾਈਟ ਤੋਂ ਔਖੀਆਂ ਹੋਈਆਂ, ਵੀ ਤੇ ਭਗਵਾਨ ਦੇ ਨਾਮ ਦੇ ਵਿੱਚ 1 ਘੰਟਾ ਹੋਰ ਸੌਖਾ ਨਿਕਲ ਜੂ ਜੀ। ਕਦੋਂ ਤੱਕ ਜਿਹੜਾ ਧਰਨਾ ਪ੍ਰੋਟੈਸਟ ਕਰੋ? ਇਹ ਕਹਿ ਰਹੇ ਨੇ ਵੀ 7 ਵਜੇ ਲਾਈਟ ਆਊ, 7 ਵਜੇ ਕਿਤਾ ਬੈਠਾਂਗੇ ਅਸੀਂ ਇੱਥੇ, 7 ਵਜੇ ਤੱਕ ਤਾਂ ਨਹੀਂ ਜਾਵਾਂਗੀਆਂ ਜੀ, ਇੱਥੇ ਹੀ ਬੈਠਾਂਗੇ 7 ਵਜੇ ਤੱਕ। ਅਗਰ ਜੋ ਮਹਿਲਾਵਾਂ ਬੈਠੀਆਂ ਨੇ ਵਾਰਡ ਨੰਬਰ 4 ਦੇ ਨੇ ਸਾਰੇ, ਸਭ 4 ਨੰਬਰ ਵਾਰਡ ਦੀਆਂ ਨੇ ਜੀ ਜੀ, ਹੋਰ ਕੀ ਬੋਲਣਾ ਚਾਹੁੰਦੇ? ਸੁਬਾ ਦੀਆਂ ਸਾਰੀਆਂ ਭੈਣਾਂ ਇੱਥੇ ਸ਼ਾਂਤੀਪੂਰਵਕ ਧਰਨਾ ਦੇ ਰਹੀਆਂ ਜੀ। ਕੁਛ ਹਲਚਲ ਹੋਈ, ਕੁਛ ਬਿਜਲੀ ਵਾਲੇ ਆਏ, ਉਹਨਾਂ ਨੇ ਕੰਮ ਸ਼ੁਰੂ ਕੀਤਾ, ਪਹਿਲਾਂ ਤਾਂ ਕਹੀ ਗਏ ਤਾਰ ਹੈ ਨਹੀਂ, ਤਾਰ ਹੈ ਨਹੀਂ, ਤਾਰ ਹੈ ਨਹੀਂ, ਤੇ ਉਸ ਤੋਂ ਬਾਅਦ ਜਦੋਂ ਭੈਣਾਂ ਇੱਥੇ ਇਕੱਠੀਆਂ ਹੋਈਆਂ ਉਦੋਂ ਤਾਰ ਵੀ ਨਿਕਲੀ ਆਈ, ਤੇ ਉਹ ਦੇਖੋ ਹਾਲ ਤਾਰਾਂ ਦਾ ਕਿਵੇਂ, ਉਹ ਵਿੱਚ ਵਿਚਾਲੇ ਸਾਰਾ ਕੰਮ ਛੱਡ ਕੇ ਇੱਥੋਂ ਭੱਜ ਗਏ ਆ, ਕਹਿ ਕੇ ਗਏ ਸੀ ਕਿ 5 ਵਜੇ ਅਸੀਂ ਆ ਕੇ ਫੇਰ ਆਪਣਾ ਕੰਮ ਤੇ ਲੱਗਾਂਗੇ। ਉਹਨਾਂ ਦੀ ਗੈਰ ਜ਼ਿੰਮੇਦਾਰੀ ਕਹੋ ਜਾਂ ਆਪਾਂ ਕੰਮ ਚੋਰੀ ਕਹੀਏ, ਕੁਛ ਮਰਜ਼ੀ ਕਹਿ ਲਓ, ਦੇਖੋ ਸਾਰੀਆਂ ਭੈਣਾਂ ਇਹ ਉਹ ਭੈਣਾਂ ਬੈਠੀਆਂ ਜਿਨ੍ਹਾਂ ਨੇ ਆਪਦੇ ਮਕਾਨ ਨੂੰ ਘਰ ਬਣਾਇਆ, ਜਿਨ੍ਹਾਂ ਨੇ ਤਿਨਕਾ ਤਿਨਕਾ ਜੋੜ ਕੇ ਆਪਦਾ ਪਰਿਵਾਰ ਬਣਾਇਆ, ਉਹ ਸਾਰੀਆਂ ਭੈਣਾਂ ਆਪਦੇ ਪਰਿਵਾਰ ਲਈ ਬੈਠੀਆਂ, ਜਿਨ੍ਹਾਂ ਦੇ ਘਰੇ ਬੱਚੇ ਔਖੇ ਹੋ ਰਹੇ ਆ, ਜਿਨ੍ਹਾਂ ਦੇ ਘਰੇ ਬਜ਼ੁਰਗ ਔਖੇ ਹੋ ਰਹੇ ਆ, ਜਿਹੜੀਆਂ ਉਹ ਆਪ ਔਖੀਆਂ ਹੋ ਰਹੀਆਂ, ਉਹਨਾਂ ਦੇ ਘਰੇ ਸਫਾਈ ਨੂੰ ਪਾਣੀ ਨਹੀਂ, ਪੀਣ ਨੂੰ ਪਾਣੀ ਨਹੀਂ ਹੈਗਾ, ਭੈਣ ਜੀ ਨੇ ਦੱਸਿਆ ਕਿ ਟਾਇਲਟ ਜਾਣ ਨੂੰ ਪਾਣੀ ਨਹੀਂ ਹੈਗਾ, ਕਿੰਨੀ ਨਾ ਪਾਣੀ ਵੀ ਨਾ ਖਾਣਾ ਬਣੇ, ਦੱਸੋ ਘਰ ਕਿਵੇਂ ਚੱਲੂਗਾ ਇਹਨਾਂ ਦਾ ਜੀ? ਇਹ ਮੰਗ ਕਰਦੇ ਹੋ ਜੀ ਸਾਰੀ? ਕੀ ਮੰਗ ਕਰਦੇ ਹੋ? ਸਾਡੀ ਮੰਗ ਇਹੀ ਹੈ ਕਿ ਜੋ ਪਰੇਸ਼ਾਨੀ ਆਈ ਹੁਣ ਤੱਕ, ਦੇਖੋ ਸਾਰੇ ਫੀਡਰ ਠੀਕ ਹੋ ਗਏ, ਜਿੰਨਾ ਕੁ ਰਹਿ ਗਿਆ ਇਹ ਹਲੇ ਤੱਕ ਕਿਉਂ ਨਹੀਂ ਠੀਕ ਹੋ ਰਿਹਾ, ਬੇਨਤੀ ਕਹਿ ਲਓ ਚਾਹੇ ਆਪਦੀ ਜ਼ਿੰਮੇਦਾਰੀ ਪੂਰੀ ਕਹਿ ਲਓ, ਇਹ
ਜਿਹੜਾ ਕੰਮ ਹੈ ਇਹ ਜਲਦੀ ਤੋਂ ਜਲਦੀ ਹੋਵੇ ਤੇ ਸਾਰੀਆਂ ਭੈਣਾਂ ਦੇ ਘਰੇ ਜਲਦੀ ਤੋਂ ਜਲਦੀ ਲਾਈਟ ਹੋਵੇ ਤਾਂ ਕਿ ਇਹਨਾਂ ਦੀ ਜ਼ਿੰਦਗੀ 'ਚ ਫਿਰ ਖੁਸ਼ੀਆਂ ਦੁਬਾਰਾ ਬਹਾਰ ਹੋਣ ਜਿਵੇਂ ਪਹਿਲਾਂ ਸੀ। ਗਰਮੀ ਦੇਖਦੇ ਹੋਏ, ਮੌਸਮ ਦੇਖਦੇ ਹੋਏ, ਮੱਛਰਾਂ ਦਾ ਦੇਖਦੇ ਹੋਏ, ਸਭ ਕੁਛ ਬੱਚਿਆਂ ਦਾ, ਛੋਟੇ ਬੱਚਿਆਂ ਦਾ, ਬਜ਼ੁਰਗਾਂ ਦਾ ਹਾਲ ਦੇਖਦੇ ਹੋਏ ਅਸੀਂ ਇਹੀ ਕਹਿੰਦੇ ਹਾਂ, ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰੋ ਤੇ ਬਿਜਲੀ ਦਾ ਇੰਤਜ਼ਾਮ ਕਰੋ ਇਹਨਾਂ ਭੈਣਾਂ ਵਾਸਤੇ। मैम तुसी एक टीचर हो और सानू पता लग गया कि छोटे छोटे बच्चे भी जी रात की नींद पूरी नहीं कर सके, अब स्कूल की माहौल से जो तुसी पहुंचे सी? स्कूल तो बच्चे आ ही नहीं रहे, बच्चे आ ही नहीं रहे हैगे जी। मैं स्कूल जानी है, मेरी क्लास दे विच 25 टू 27 बच्चे है, पर उन्हां चो सिर्फ कदे 15 कदे 10 कदे 12 इन्ने बच्चे ही आंदे है। बच्चे लाइट या गर्मी करके बहुत बीमार हो रहे है, या कुछ होर कह लो भी बहुत परेशान है बच्चे। बस ਸਾਡੀ ਇਹੀ ਮੰਗ ਹੈ ਕਿ ਸਾਨੂੰ ਬੱਚਿਆਂ ਨੂੰ ਵੀ ਲਾਈਟ ਦਿੱਤੀ ਜਾਵੇ ਤਾਂ ਕਿ ਬੱਚਿਆਂ ਨੂੰ ਪਰੇਸ਼ਾਨੀ ਨਾ ਹੋਵੇ, ਪਾਣੀ ਦੀ ਦਿੱਕਤ ਨਾ ਆਵੇ ਤੇ ਬੱਚੇ ਵੀ ਸਕੂਲ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਣ। ਉਹਨਾਂ ਦੀ ਪੜ੍ਹਾਈ ਨੂੰ ਵੀ ਬਹੁਤ ਦਿੱਕਤ ਆ ਰਹੀ ਹੈ, ਬੱਚੇ ਬਿਲਕੁਲ ਨਹੀਂ ਪੜ੍ਹ ਰਹੇ ਹੈਗੇ ਕਿਉਂਕਿ ਉਹਨਾਂ ਦੀ ਨੀਂਦ ਪੂਰੀ ਨਹੀਂ ਹੋ ਰਹੀ, ਬੱਚੇ ਬਿਮਾਰ ਹੋ ਰਹੇ ਆ, ਮੱਛਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੇ ਮਲੇਰੀਆ ਹੋ ਸਕਦਾ ਉਹਨਾਂ ਨੂੰ, ਬੱਚਿਆਂ ਨੂੰ ਡੇਂਗੂ ਚੱਲਿਆ, ਇਨਫੈਕਸ਼ਨ ਹੋ ਰਹੀ ਹੈ, ਸਟਮਕ ਇਨਫੈਕਸ਼ਨ ਹੋ ਰਹੀ ਹੈ, ਆਈ ਫਲੂ ਹੋ ਰਿਹਾ, ਇਸੇ ਕਰਕੇ ਹੋ ਰਿਹਾ ਕਿਉਂਕਿ ਲਾਈਟ ਸਾਨੂੰ ਪ੍ਰੋਪਰ ਨਹੀਂ ਦਿੱਤੀ ਜਾ ਰਹੀ ਹੈ ਜੀ। ਹਾਂਜੀ ਮੈਮ, ਤੁਹਾਡੇ ਸਕੂਲ 'ਚ ਕਿਸ ਤਰ੍ਹਾਂ ਦਾ ਮਾਹੌਲ ਸੀ? ਸਾਡੇ ਮਾਹੌਲ ਵੀ ਇਹੀ ਚੱਲ ਰਿਹਾ ਹੈ, ਸਾਡੇ ਸਕੂਲ ਦੇ ਵਿੱਚ ਪੂਰੀ ਫਿਟਨੈਸ ਨਹੀਂ ਹੋ ਰਹੀ ਬੱਚਿਆਂ ਦੀ। ਬੱਚੇ ਇਹ ਕਹਿ ਰਹੇ ਆ ਕਿ ਜੇ ਅਸੀਂ ਉਹਨਾਂ ਨੂੰ ਰੀਜ਼ਨ ਪੁੱਛਦੇ ਹਾਂ ਤੁਸੀਂ ਸਕੂਲ ਕਿਉਂ ਨਹੀਂ ਆ ਰਹੇ, ਉਹ ਇਹ ਕਹਿ ਰਹੇ ਆ ਮੈਮ ਲਾਈਟ ਤਾਂ ਆ ਨਹੀਂ ਰਹੀ, ਸਾਡੀ ਨੀਂਦ ਨਹੀਂ ਪੂਰੀ ਹੋ ਰਹੀ, ਜੇ ਅਸੀਂ ਹਨਾ ਸੋਵਾਂਗੇ ਤਾਂ ਹੀ ਅਸੀਂ ਸਕੂਲ ਆ ਪਾਵਾਂਗੇ, ਤਾਂ ਹੀ ਅਸੀਂ ਪੜ੍ਹਾਂਗੇ। ਜੇ ਸਕੂਲ ਦੇ ਵਿੱਚ ਵੀ ਫੈਨ ਤੇ ਏਸੀ ਨਹੀਂ ਵਰਕ ਕਰਨਗੇ ਤਾਂ ਬੱਚੇ ਕਿਸ ਤਰ੍ਹਾਂ ਪੜ੍ਹਨਗੇ ਜੀ? ਸੋ ਹੋਰ ਕੀ ਬੋਲਣਾ ਚਾਹੁੰਦੇ? सो दर्शकों जिन्हें भी तुसी देख रहे हो इन्हां दे विच टीचर भी मौजूद ने और आस पास के जो वार्ड नंबर 4 के लोग मौजूद ने और वड्डा कारण जिहड़ा तुसी बैनर भी देख सकते हो एक्सीन बाघा पुराणा के खिलाफ ने। और बिजली मंत्री की गल करिए जनियाल सिंह वाला दे जेई साहब की गल करिए तो उन्होंने कहा कि वार्ड नंबर 4 की लाइट छड्डन का कारण आ जिहड़ा वह जेई जिहड़े पत्तो हीरा सिंह ने। सो जेई साहब नाल भी गलबात करते हैं। 7 बजे का जिहड़ा उन्होंने टाइम दिता और पहले 6 दिन तो वार्ड नंबर 4 के राधा कृष्ण जो फीडर आनू नहीं छड़ा गया तो इन्होंने कहा कि जिस तरह कल तुम देखा होना कि पेंड वाली साइड तो उन्होंने कहा कि वैतकरा किया जा रहा, पर जो शहर वाले पास की गल करिए वार्ड नंबर 4 के भी कुछ इस तरह ही दिखाई दे रहा। सो जेई साहब ना गलबात करते हैं, जो उन्होंने फोन चुकया तो लाइव के उन्होंने गलबात करेंगे, उन्होंने की कहना बोलना जी? दर्शकों छोटे छोटे बच्चे बैठे ने स्कूल दे विच, जो बच्चे पढ़ते हैं उन्हां दियां प्रॉब्लम तुहानू जिहड़े टीचर मौजूद ने उन्होंने दस दित्तियां ने कि पहलां जिहड़ी गिनती आ उह स्कूल दे विच बहुत ज़्यादा सी ते इस वक्त वार्ड नंबर 4 दे जो लोग ने इत्थे मौजूद ने ते प्रॉब्लम सारियां तुहानू पता ही ने जी। सो जय रविंदर जी ने गलबात करते हैं की कहना उन्हों का इस मसले पर। तस्वीर के बच्चे देख सकते दे छोटे छोटे बच्चे मौजूद ने जो घर पानी की प्रॉब्लम आ रही है और तुमने दसा कि बाथरूम तक दियाँ भी जड़िया प्रॉब्लम आ रही ने, पानी ना होने करके घर के जो खाना बनाने की प्रॉब्लम आ रही है, बच्चे ठीक ढंग ना सौ नहीं रहे, बीमारियां तुहानू पता गर्मी ज़्यादा होने कारण मच्छर डेंगू हो रहा और प्रॉब्लम। अरविंदर सर तुसी लाइन ते हो और वार्ड नंबर 4 दे जो वसनीक ने वो तुहाडे खिलाफ कह रहे हैं कि साढ़े वार्ड की जिहड़ी आ बिजली है, जिस तरह कल पिंड वाले कह रहे साढ़े नाल वैतकरा किया जा रहा है, ठीक सेम सिचुएशन ही इत्थे बनी पई है जी, लाइट करो तो कहो सर? पानी दी बहुत वड्डी प्रॉब्लम आ रही है जी। नहीं नहीं देखो तो तुहाडे लाइब्रेरी सारे लोग जी एहो जी कोई गल बात नहीं, ज्यादा तक कीता पिया सप्लाई चलाने लोग ठीक है जी। बहुत लंबे समय तो इत्थे बैठे ने छोटे छोटे बच्चे ने स्कूल दे प्रॉब्लम आ रही ने जी। हां जी हां जी कदों तक सर लाइट छड़ दोगे हुण जिहड़ा एग्जैक्ट टाइम? ओके ठीक है सर, थैंक यू। सो ये रविंदर जई पत्तो हीरा सिंह जो कल तो ही जिहड़ियां मुश्किलां दा हल करन दे विच जुटे हुए ने और वार्ड नंबर 4 की गल करिए जो लोग मौजूद ने उन्होंने भी लाइव दे विच सुन ही लिया, उन्होंने कहना है कि
एक घंटे तक जी बिजली सप्लाई सारे कितने चालू हो जाए, क्योंकि परसों की गल करिए तीन जो ब्रेकअप ब्लास्ट हुई सी बहुत सारे लोगों को शायद इस जानकारी बारे नहीं पता होना, और कल ही क्रेन के नाल वड्डे वड्डे जो ब्रेकर से वो लोगों के मदद नाल चलाए गए थे, जोड़े वार्ड से उन्होंने लाइट आई सी। सो देखना होगा कि कदों तक जी साहब अपने बोलों से खरे उतरते हैं और कदों तक जो प्रोटेस्ट आ कंटिन्यू रहेगा। सो अगले अपडेट लिए बने रहो JVS टाइम।